ਹੁਣ ਬਿਜਲੀ ਮੀਟਰ ਹੋਣਗੇ ਆਧਾਰ ਕਾਰਡ ਨਾਲ ਲਿੰਕ ਖਪਤਕਾਰਾਂ ਦੀ ਹੋਵੇਗੀ ਕੇਏਵਾਈਸੀ 300 ਯੂਨਿਟ ਮੁਫਤ ਬਿਜਲੀ ਲਈ ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਚ ਹੁਣ ਰਾਸ਼ਨ ਕਾਰਡ ਦੀ ਤਰ੍ਹਾਂ ਬਿਜਲੀ ਮੀਟਰਾਂ ਨੂੰ ਵੀ ਆਧਾਰ ਨੰਬਰ ਨਾਲ ਲਿੰਕ ਕੀਤਾ ਜਾਵੇਗਾ ਬੋਰਡ ਪ੍ਰਬੰਧਨ ਕਾਰਾ ਵਿੱਚ ਲਗਾਏ ਗਏ ਮੀਟਰਾਂ ਦੀ ਕੇਵਾਈਸੀ ਕਰੇਗਾ ਇਹ ਇੱਕ ਇੱਕ ਬਿਜਲੀ ਬੋਰਡ ਦੇ ਕਰਮਚਾਰੀਆਂ ਦੁਆਰਾ ਘਰ ਘਰ ਜਾ ਕੇ ਕੀਤਾ ਜਾਵੇਗਾ ਬਿਜਲੀ ਬੋਰਡ ਮੈਨੇਜਮੈਂਟ ਵੱਲੋਂ ਰਾਜ ਦੇ ਚਾਰੇ ਜ਼ੋਨ ਦੇ ਚੀਫ ਇੰਜੀਨੀਅਰਾਂ ਆਪਰੇਸ਼ਨ ਸਰਕਲ ਸੀ ਈ ਇਲੈਕਟ੍ਰਿਕ ਸਬ ਡਿਵੀਜ਼ਨ ਅਤੇ ਫੀਲਡ ਸਟਾਫ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਬਿਜਲੀ ਬੋਰਡ ਤੋਂ ਬਿਜਲੀ ਖਪਤਕਾਰਾਂ ਦੀ KYC ਬਿਜਲੀ ਬੋਰਡ ਦੀ ਮੋਬਾਈਲ ਐਪ ਰਾਹੀਂ ਕੀਤੀ ਜਾਵੇਗੀ। ਮੋਡਲੇ ਪਰ ਆਵਿਚ ਬਿਜਲੀ ਬੋਰਡ ਵੱਲੋਂ ਇਹ ਸਰਵੇਖਣ ਕਰੇਲੂ ਖਪਤਕਾਰਾਂ ਅਤੇ ਹੋਟਲ ਮਾਲਕਾਂ ਦਾ ਕੀਤਾ ਜਾਵੇਗਾ। ਇਸ ਰਾਹੀਂ ਬਿਜਲੀ ਬੋਰਡ ਨੂੰ ਪਤਾ ਲੱਗੇਗਾ ਕਿ ਘਰਾਂ ਵਿੱਚ ਕਿੰਨੇ ਮੀਟਰ ਲੱਗੇ ਹਨ ਅਤੇ ਕਿਹੜਾ ਖਪਤਕਾਰ ਕਿਹੜਾ ਮੀਟਰ ਵਰਤ ਰਿਹਾ ਹੈ। ਮਕਾਨ ਮਾਲਕਾਂ ਅਤੇ ਕਿਰਾਏਦਾਰਾਂ ਦੇ ਮੀਟਰਾਂ ਦੀ ਵੱਖਰੀ ਪਛਾਣਵੀ ਹੋਵੇਗੀ। ਬੋਰਡ ਦੇ ਇਸ ਸਰਵੇ ਵਿੱਚ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਖਪਤਕਾਰਾਂ ਨੂੰ 300 ਯੂਨਿਟ ਮੁਫਤ ਬਿਜਲੀ ਵੀ ਦੇਵੇਗੀ। ਇਹ ਦਸਤਾਵੇਜ਼ ਹਨ ਇੱਕਲੇ ਜ਼ਰੂਰੀ। ਇਹ ਸਰਵੇ ਬਿਜਲੀ ਬਿੱਲ ਕਟਣ ਵਾਲਿਆਂ ਵੱਲੋਂ ਕੀਤਾ ਜਾਵੇਗਾ ਬਿਜਲੀ ਬਿੱਲ ਦਾ ਭੁਗਤਾਨ ਕਰਨ ਦੇ ਨਾਲ ਨਾਲ ਕਰਮਚਾਰੀ ਮੋਬਾਈਲ ਐਪ ਰਾਹੀਂ ਖਪਤਕਾਰਾਂ ਦੀ ਕੇਵਾਈਸੀ ਵੀ ਕਰਨਗੇ ਇਸ ਦੇ ਲਈ ਬਿਜਲੀ ਬਿੱਲ ਮੀਟਰ ਖਪਤਕਾਰ ਕੋ ਲਾਦਾਰ ਕਾਰਟ ਰਾਸ਼ਨ ਕਾਰਟ ਪੁਰਾਣਾ ਬਿਜਲੀ ਬਿੱਲ ਅਤੇ ਰਜਿਸਟਰਡ ਮੋਬਾਈਲ ਦਾ ਇਕ ਕੇਵਾਈਸੀ ਹੋਣਾ ਜ਼ਰੂਰੀ ਹੋਵੇਗਾ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਵਿੱਚ ਸਰਵੇ ਸ਼ੁਰੂ ਹੋ ਗਿਆ ਹੈ ਸਰਵੇ ਇਸ ਸਰਵੇਖਣ ਰਾਜਧਾਨੀ ਸ਼ਿਮਲਾ ਸਮੇਤ ਸੂਬੇ ਪਰਿਵਤ ਸ਼ੁਰੂ ਹੋਇਆ ਹੈ ਮੋਡਲੀ ਪਰ ਆਵੇ ਸ਼ਿਮਲਾ ਸ਼ਹਿਰ ਵਿੱਚ ਬਿਜਲੀ ਬੋਰ ਦੇ ਉੱਚ ਅਧਿਕਾਰੀਆਂ ਨੇ ਖੁਦ ਐਪ ਰਾਹੀਂ ਸਰਵੇਖਣ ਕੀਤਾ ਹੈ ਹون ਕਰਮਚਾਰੀ ਕਾਰ ਕਰ ਜਾ ਕੇ ਇਹ ਸਰਵੇ ਕਰਨਗੇ